ਜਿਹੜੇ ਲੋਕ ਇਹ ਕਹਿੰਦੇ ਵੀ ਅਸੀਂ ਪੜ੍ਹੇ ਲਿਖੇ ਹਾਂ ਸਿਵਲਾਈਜ਼ਡ ਹਾਂ, ਉਹ ਕਿੰਨੀ ਜ਼ਹਿਰ ਅਤੇ ਨਫ਼ਰਤ ਆ ਜਿਹੜੀ ਦੂਜੇ ਲੋਕਾਂ ਪ੍ਰਤੀ, ਜਿਹੜੀ ਇਨਟੋਲਰੈਂਟ ਨੇ ਕਿੰਨੇ ਦੂਜੇ ਲੋਕਾਂ ਪ੍ਰਤੀ, ਸਿੱਖਾਂ ਬਾਰੇ, ਸਿੱਖ ਗੁਰੂ ਸਾਹਿਬਾਨ ਬਾਰੇ। ਔਰ ਸਪਸ਼ਟ ਰੂਪ ਵਿੱਚ ਇਹ ਕਿਹਾ ਗਿਆ ਕਿ ਵੀ 1699 ਦੀ ਵਿਸਾਖੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਿਸਤਾਨੀਆਂ ਦੀ ਨੀਂਹ ਰੱਖੀ। ਗੁਰੂ ਤੇਗ ਬਹਾਦਰ ਜੀ ਨੇ ਹਿੰਦੂ ਧਰਮ ਨੂੰ ਬਚਾਉਣ ਲਈ ਬਲੀਦਾਨ ਦਿੱਤਾ ਤੇ ਅੱਜ ਉਹਨਾਂ ਦੀ ਇਸ ਤਰ੍ਹਾਂ ਦੀ ਇੱਜ਼ਤ ਕਰ ਰਹੇ ਆ ਉਹ ਲੋਕ। ਇਹ ਜਿਹੜਾ ਪੜ੍ਹਿਆ ਲਿਖਿਆ ਵਰਗ ਆ ਉਹਦਾ ਬਹੁਤ ਵੱਡਾ ਹਿੱਸਾ ਅਸੀਂ ਕਹਿ ਸਕਦੇ ਹਾਂ ਵੀ ਇਸ ਕਿਸਮ ਦੇ ਵਿਚਾਰਾਂ ਨਾਲ ਭਰਿਆ ਹੋਇਆ ਹੈ। ਉਹ ਜਸਟ ਇਕੱਲੀ ਬੀਬੀ ਨਹੀਂ ਹੈ, ਉਸ ਬੀਬੀ ਨੇ ਜਿਹੜੀ ਕਰੀਮੀ ਲੇਅਰ ਆ, ਜਿਹੜੀ ਉੱਚ ਉੱਚ ਜਾਤੀ ਆ, ਜਿਹੜੀ ਉੱਚ ਜਾਤੀ ਦੇ ਹੰਕਾਰ ਨਾਲ ਭਰੀ ਹੋਈ ਆ, ਉਹਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਹੈ। ਉਹ ਜਸਟ ਇਕੱਲੀ ਕਹਿ ਰਹੀ ਘਟਨਾ ਨਹੀਂ ਹੈ, ਇਹ 50-70% ਤੱਕ ਜਿਹੜਾ ਹਿੱਸਾ ਹੈ ਕਰੀਮੀ ਲੇਅਰ ਦਾ ਉਹ ਇਸ ਕਿਸਮ ਦੇ ਵਿਚਾਰਾਂ ਨਾਲ ਭਰਿਆ ਹੋਇਆ। ਸਿੱਖ ਲੀਡਰਸ਼ਿਪ ਨੂੰ ਜਾਂ ਸਿੱਖ ਕੌਮ ਨੂੰ ਐਜ਼ ਏ ਕੌਮ ਇਸ ਗੱਲ ਨੂੰ ਸੁਚੇਤ ਰਹਿਣ ਦੀ ਲੋੜ ਆ ਵੀ ਅਸੀਂ ਕਿੰਨੇ ਵੱਡੇ ਇੱਕ ਨਫ਼ਰਤ ਭਰਪੂਰ ਮਾਹੌਲ ਦੇ ਵਿੱਚ ਰਹਿ ਰਹੇ ਹੈਗੇ ਹਾਂ। ਉਹਨਾਂ ਦੇ ਇਸ ਤਰ੍ਹਾਂ ਦੇ ਇੰਨੇ ਨੀਵੇਂ ਘਟੀਆ ਔਰ ਅਸ਼ਲੀਲ ਵਿਚਾਰ ਹੈ ਸਿੱਖਾਂ ਬਾਰੇ, ਸਿੱਖ ਪੰਥ ਨੂੰ ਇਹਦੇ ਤੇ ਰਿਐਕਸ਼ਨ ਕਰਨ ਦੀ ਲੋੜ ਨਹੀਂ ਹੈ, ਜਸਟ ਆਪਣੇ ਬਚਾਓ ਦੇ, ਆਪਣੇ ਨਿਆਰੇਪਣ ਨੂੰ ਬਚਾਉਣ ਦੇ ਜਾਂ ਉਸ ਸੰਦਰਭ ਵਿੱਚ ਐਕਟਿਵ ਹੋਣ ਲਈ ਆਪਾਂ ਨੂੰ ਪ੍ਰੋ ਐਕਟਿਵ ਹੋਣ ਦੀ ਲੋੜ ਹੈ, ਉਹਦੇ ਤੇ ਰਿਐਕਟਿਵ ਹੋਣ ਦੀ ਲੋੜ ਨਹੀਂ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਦਿੱਲੀ ਦੇ ਵਿੱਚ ਇੱਕ ਲੇਡੀ ਅਧਿਆਪਕ ਦੇ ਵੱਲੋਂ ਸਿੱਖਾਂ ਦੇ ਖਿਲਾਫ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਹੀ ਭੱਦੀ ਸ਼ਬਦਾਵਲੀ ਵਰਤੀ ਗਈ, ਬਹੁਤ ਕੁਛ ਮਾੜਾ ਕਿਹਾ ਗਿਆ ਔਰ ਉਸ ਦੇ ਉੱਤੇ ਕੋਈ ਵੀ UAPA ਨਹੀਂ ਲਗਾਇਆ ਗਿਆ। ਜੇ ਆਪਾਂ ਕਹੀਏ ਕਿ ਲੱਗਣਾ ਤਾਂ ਇਹੋ ਜਿਹੇ ਲੋਕਾਂ 'ਤੇ ਚਾਹੀਦਾ ਜੋ ਕਿ ਮਾਹੌਲ ਖਰਾਬ ਕਰਦੇ ਨੇ। ਅਵਤਾਰ ਸਿੰਘ ਜੀ, ਕੀ ਕਹੋਗੇ ਤੁਸੀਂ ਦਿੱਲੀ ਦੀ ਇਸ ਘਟਨਾ ਬਾਰੇ, ਔਰ ਜੇ ਆਪਾਂ ਪੰਜਾਬ ਦੀ ਗੱਲਬਾਤ ਕਰ ਲਈਏ ਤਾਂ ਉਹਦੇ 'ਤੇ ਵੀ ਕੋਈ ਛੋਟਾ ਮੋਟਾ ਕੇਸ ਪਾ ਕੇ ਉਹਨੂੰ ਥੋੜ੍ਹੇ ਸਮੇਂ ਲਈ ਅੰਦਰ ਭੇਜ ਦਿੰਦੇ ਆ, ਫਿਰ ਉਹ ਬਾਹਰ ਆ ਕੇ ਫਿਰ ਉਹੀ ਕੁਛ ਕਰਦਾ ਹੈ, ਗਨਮੈਨ ਲਾਲ ਲੈ ਕੇ ਘੁੰਮਦਾ ਹੈ, ਅਤੇ ਉਸੇ ਤਰੀਕੇ ਦੇ ਨਾਲ ਹੀ ਜਿਹੜਾ ਹੈ ਇਸ ਬੀਬੀ ਦਾ ਵੀ ਜਿਹੜਾ ਕੇਸ ਸਾਹਮਣੇ ਆਇਆ ਹੈ। ਹਾਂਜੀ ਹਾਂਜੀ ਹਾਂਜੀ, ਤੁਸੀਂ ਦੇਖੋ ਵੀ ਉਹਦੇ ਸੋਸ਼ਲ ਮੀਡੀਆ ਪੋਸਟ 'ਤੇ ਉਹ ਕਹਿੰਦੀ ਮੈਂ ਦਿੱਲੀ ਯੂਨੀਵਰਸਿਟੀ ਤੋਂ ਗ੍ਰੈਜੂਏਟ ਹਾਂ, ਕਿਸੇ ਸਕੂਲ ਵਿੱਚ ਉਹ ਜਿਹੜੀ ਅਧਿਆਪਕਾਂ ਦੇ ਤੌਰ 'ਤੇ ਲੱਗੀ ਹੋਈ ਹੈ। ਸੋ ਜਿਹੜੇ ਲੋਕ ਇਹ ਕਹਿੰਦੇ ਵੀ ਅਸੀਂ ਪੜ੍ਹੇ ਲਿਖੇ ਹਾਂ ਸਿਵਲਾਈਜ਼ਡ ਹਾਂ, ਉਹ ਕਿੰਨੀ ਜ਼ਹਿਰ ਅਤੇ ਨਫ਼ਰਤ ਆ ਜਿਹੜੀ ਦੂਜੇ ਲੋਕਾਂ ਪ੍ਰਤੀ, ਜਿਹੜੀ ਇਨਟੋਲਰੈਂਟ ਨੇ ਕਿੰਨੇ ਦੂਜੇ ਲੋਕਾਂ ਪ੍ਰਤੀ, ਸਿੱਖਾਂ ਬਾਰੇ, ਸਿੱਖ ਗੁਰੂ ਸਾਹਿਬਾਨ ਬਾਰੇ। ਔਰ ਸਪਸ਼ਟ ਰੂਪ ਵਿੱਚ ਇਹ ਕਿਹਾ ਗਿਆ ਕਿ ਵੀ 1699 ਦੀ ਵਿਸਾਖੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਿਸਤਾਨੀਆਂ ਦੀ ਨੀਂਹ ਰੱਖੀ ਸੀ, ਵੀ ਖਾਲਿਸਤਾਨ ਬਣਾਇਆ ਸੀਗਾ ਉਹਨਾਂ ਨੇ, ਮਤਲਬ ਕਿ ਇਸ ਤਰ੍ਹਾਂ ਦਾ ਇਸ ਸ਼ਬਦਾਵਲੀ ਵਰਤਣੀ। ਸੋ ਜਿਹੜੇ ਗੁਰੂ ਗੋਬਿੰਦ ਸਿੰਘ ਦੇ ਪਿਤਾ ਗੁਰੂ ਤੇਗ ਬਹਾਦਰ ਜੀ ਨੇ ਹਿੰਦੂ ਧਰਮ ਨੂੰ ਬਚਾਉਣ ਲਈ ਬਲੀਦਾਨ ਦਿੱਤਾ ਤੇ ਅੱਜ ਉਹਨਾਂ ਦੀ ਇਸ ਤਰ੍ਹਾਂ ਦੀ ਇੱਜ਼ਤ ਕਰ ਰਹੇ ਆ ਉਹ ਲੋਕ। ਸੋ ਇਹ ਜਿਹੜਾ ਪੜ੍ਹਿਆ ਲਿਖਿਆ ਵਰਗ ਆ ਉਹਦਾ ਬਹੁਤ ਵੱਡਾ ਹਿੱਸਾ ਅਸੀਂ ਕਹਿ ਸਕਦੇ ਹਾਂ ਵੀ ਇਸ ਕਿਸਮ ਦੇ ਵਿਚਾਰਾਂ ਨਾਲ ਭਰਿਆ ਹੋਇਆ ਹੈ। ਉਹ ਜਸਟ ਇਕੱਲੀ ਬੀਬੀ ਨਹੀਂ ਹੈ, ਇੱਕ ਬਹੁਤ ਵੱਡਾ ਹਿੱਸਾ ਉਹਨਾਂ ਲੋਕਾਂ ਦਾ ਇਸ ਤਰ੍ਹਾਂ ਦੇ ਵਿਚਾਰਾਂ ਨਾਲ ਭਰਿਆ ਹੋਇਆ। ਸੋ ਉਸ ਬੀਬੀ ਨੇ ਜਿਹੜੀ ਕਰੀਮੀ ਲੇਅਰ ਆ, ਜਿਹੜੀ ਉੱਚ ਉੱਚ ਜਾਤੀ ਆ, ਜਿਹੜੀ ਉੱਚ ਜਾਤੀ ਦੇ ਹੰਕਾਰ ਨਾਲ ਭਰੀ ਹੋਈ ਆ, ਉਹਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਹੈ। ਉਹ ਜਸਟ ਇਕੱਲੀ ਕਹਿ ਰਹੀ ਘਟਨਾ ਨਹੀਂ ਹੈ, ਇਹ 50-70% ਤੱਕ ਜਿਹੜਾ ਹਿੱਸਾ ਹੈ ਕਰੀਮੀ ਲੇਅਰ ਦਾ ਉਹ ਇਸ ਕਿਸਮ ਦੇ ਵਿਚਾਰਾਂ ਨਾਲ ਭਰਿਆ ਹੋਇਆ। ਸੋ ਸਿੱਖ ਲੀਡਰਸ਼ਿਪ ਨੂੰ ਜਾਂ ਸਿੱਖ ਕੌਮ ਨੂੰ ਐਜ਼ ਏ ਕੌਮ ਇਸ ਗੱਲ ਨੂੰ ਸੁਚੇਤ ਰਹਿਣ ਦੀ ਲੋੜ ਆ ਵੀ ਅਸੀਂ ਕਿੰਨੇ ਵੱਡੇ ਇੱਕ ਨਫ਼ਰਤ ਭਰਪੂਰ ਮਾਹੌਲ ਦੇ ਵਿੱਚ ਰਹਿ ਰਹੇ ਹੈਗੇ ਹਾਂ। ਸੋ ਇਸ ਤਰ੍ਹਾਂ ਆਪਣੀ ਆਪਣੀ ਸੁਰੱਖਿਆ ਲਈ, ਆਪਣੀ ਚੜ੍ਹਦੀ ਕਲਾ ਲਈ ਜਾਂ ਆਪਣੇ ਨਿਆਰੇਪਣ ਦੀ ਰਾਖੀ ਲਈ ਉਹਨਾਂ ਨੂੰ ਯਤਨਸ਼ੀਲ ਹੋਣਾ ਚਾਹੀਦਾ। ਸੋ ਇਹ ਉਹ ਇੱਕ ਅਧਿਆਪਕਾਂ ਦੇ ਵਿਚਾਰ ਨਹੀਂ ਹਨ, ਉਹ ਉਸ ਭਾਈਚਾਰੇ ਦੇ 70% ਲੋਕਾਂ ਦੇ ਵਿਚਾਰ ਨੇ। ਬਿਲਕੁਲ ਉਹਨਾਂ ਦੇ ਇਸ ਤਰ੍ਹਾਂ ਦੇ ਇੰਨੇ ਨੀਵੇਂ ਘਟੀਆ ਔਰ ਅਸ਼ਲੀਲ ਵਿਚਾਰ ਹੈ ਸਿੱਖਾਂ ਬਾਰੇ। ਸੋ ਸਿੱਖ ਪੰਥ ਨੂੰ ਇਹਦੇ 'ਤੇ ਰਿਐਕਸ਼ਨ ਕਰਨ ਦੀ ਲੋੜ ਨਹੀਂ ਹੈ, ਜਸਟ ਆਪਣੇ ਬਚਾਓ ਦੇ, ਆਪਣੇ ਨਿਆਰੇਪਣ ਨੂੰ ਬਚਾਉਣ ਦੇ ਜਾਂ ਉਸ ਸੰਦਰਭ ਵਿੱਚ ਐਕਟਿਵ ਹੋਣ ਲਈ ਆਪਾਂ ਨੂੰ ਪ੍ਰੋ ਐਕਟਿਵ ਹੋਣ ਦੀ ਲੋੜ ਹੈ, ਉਹਦੇ 'ਤੇ ਰਿਐਕਟਿਵ ਹੋਣ ਦੀ ਲੋੜ ਨਹੀਂ ਹੈ। ਬਿਲਕੁਲ ਜੀ, ਔਰ ਜਿੱਦਾਂ ਅਵਤਾਰ ਸਿੰਘ ਹੋਣਾ ਨੇ ਕਿਹਾ ਕਿ ਇਹ ਗੱਲ ਇਕੱਲੀ ਉੱਥੇ ਬੀਬੀ ਦੀ ਨਹੀਂ ਹੈ, ਗੱਲ ਜਿਹੜੀ ਹੈ ਉੱਥੇ ਵਿਚਾਰਧਾਰਾ ਦੀ ਹੈ ਕਿ ਜੇ ਇੱਕ ਅਧਿਆਪਕ ਇੱਕ ਟੀਚਰ ਦੇ ਮਨ ਦੇ ਵਿੱਚ ਇਹ ਵਿਚਾਰਧਾਰਾ ਚੱਲ ਰਹੀ ਹੈ ਅਤੇ ਆਮ ਲੋਕ ਜਿਹੜੇ ਨੇ ਜਾਂ ਜਿਨ੍ਹਾਂ ਨੂੰ ਕੁਛ ਵੀ ਨਹੀਂ ਪਤਾ ਹੈਗਾ ਜਾਂ ਜਿਨ੍ਹਾਂ ਨੂੰ ਇਸ ਤਰੀਕੇ ਦਾ ਦੱਸਿਆ ਜਾਂਦਾ ਪੜ੍ਹਾਇਆ ਜਾਂਦਾ ਆਪਾਂ ਕਹਿ ਲਈਏ ਉਹਨਾਂ ਦੇ ਦਿਮਾਗ ਦੇ ਵਿੱਚ ਘੱਟ ਗਿਣਤੀਆਂ ਪ੍ਰਤੀ, ਖਾਸ ਕਰਕੇ ਸਿੱਖਾਂ ਪ੍ਰਤੀ ਇਹ ਗੱਲਾਂ ਪਾਈਆਂ ਜਾਂਦੀਆਂ, ਕਿਤੇ ਨਾ ਕਿਤੇ ਇਹ ਬਹੁਤ ਵੱਡੇ ਆਉਣ ਵਾਲੇ ਸਮੇਂ ਦੇ ਵਿੱਚ ਚਿੰਤਾ ਦਾ ਵਿਸ਼ਾ ਖਾਸ ਤੌਰ 'ਤੇ ਸਿੱਖਾਂ ਲਈ ਹੋ ਸਕਦਾ ਹੈ ਅਤੇ ਇਸ ਦੀਆਂ ਜਿਹੜੀਆਂ ਤਿਆਰੀਆਂ ਨੇ ਕੌਮ ਨੂੰ ਅੱਜ ਤੋਂ ਹੀ ਸ਼ੁਰੂ ਕਰਨੀਆਂ ਪੈਣਗੀਆਂ, ਕਿਉਂਕਿ ਇਹ ਛੋਟੇ ਛੋਟੇ ਸਿਗਨਲ ਹੀ ਹੁੰਦੇ ਨੇ ਜਿਹੜੇ ਸਾਹਮਣੇ ਆਉਂਦੇ ਰਹਿੰਦੇ ਨੇ ਔਰ ਬਾਅਦ ਦੇ ਵਿੱਚ ਜਾ ਕੇ ਕਦੋਂ ਇਹ ਬਹੁਤ ਵੱਡਾ ਲਾਵਾ ਫੁੱਟਦਾ ਹੈ ਇਸ ਦਾ ਜਦੋਂ ਹੈ ਪਤਾ ਜਾਂ ਤਾਂ 84
वर्गियां घटनावां दे विच लगता है जदों कोई कि इस तरीके दी नस्ल कुशियां हुंदियां ने ते जरूर जिहड़ा है इस दे उत्ते किते ना किते चिंता व्यक्त जिहड़ी करनी बनदी भी है। अकाल चैनल नूं सबस्क्राइब करो, नवी वीडियोज़ दी नोटिफिकेशन दे लई बैल आइकन नूं क्लिक करना ना भुलना।